ਅਸੀਂ ਇੰਨਾ ਖਰਚਾ ਕਰਾਉਣ ਦੀ ਹੈ ਹੋਰ ਵੀ ਕਬੀਲਦਾਰ ਨੇ ਵਾਧੂ ਨੇ ਸਵੇਰ ਦੇ ਗਏ ਹੋਏ ਹੋ ਸ਼ਾਮ ਹੋ ਗਈ ਬੇਬੇ ਜੀ ਤੁਸੀਂ ਕਿਉਂ ਆਉਂਦੇ ਸਾਰ ਲੱਗ ਜਾਂਦੇ ਹੋ ਮੈਂ ਕਿਹੜਾ ਰੋਜ਼ ਹੀ ਕੱਪੜੇ ਲੈ ਕੇ ਆਉਣੀ ਆ ਮਸਾ ਤਾਂ ਲੈ ਕੇ ਆਈ ਆ ਕੀ ਗੱਲ ਹੋ ਗਈ ਜੋਕੇ ਨਹੀਂ ਹੈਗੇ ਹੋਰ ਵੀ ਕਬੀਲਦਾਰੀਆਂ ਬਹੁਤ ਨੇ ਆ ਦੇਖ ਲੋ ਕੀ ਗੱਲ ਹੋ ਗਈ ਬੀਬੀ ਗੱਲ ਕੀ ਹੋਣੀ ਸੀ ਮੈਨੂੰ ਐ ਦੱਸ ਪਹਿਲਾਂ ਸਵੇਰ ਦੇ ਗਏ ਹੋ ਘਰੇ ਹੋਰ ਕੋਈ ਕੰਮ ਨਹੀਂ ਹੈਗਾ ਹੈ ਆ ਖਰੀਦਣ ਦੀ ਇੰਨਾ ਕੀ ਲੋੜ ਸੀ ਘਰੇ ਦਾ ਖਰਚੇ ਹੋਰ ਹੀ ਵੱਧ ਜੀ ਮੇਰੀ ਗੱਲ ਸੁਣ ਲੋ ਜਦੋਂ ਤੁਹਾਡਾ ਜ਼ਮਾਨਾ ਹੁੰਦਾ ਸੀ ਨਾ ਪਤਾ ਨਹੀਂ ਕਿਹੜੇ ਪਾਤ ਪਧੇਲੇ ਕੱਪੜੇ ਪਾਉਂਦੇ ਸੀ ਮੈਨੂੰ ਤਾਂ ਹੁਣ ਤੁਸੀਂ ਟੋਕੋਗੇ ਹੀ ਨਹੀਂ ਸਾਡੇ ਵੇਲੇ ਤਾਂ ਕੋਈ ਮਗਰ ਨਹੀਂ ਲੱਗਦਾ ਸੀ ਹੁਣ ਵਾਲਿਆਂ ਤੋਂ ਉਹਦੀ ਮਗਰ ਬਾਂਦਰ ਵਾਂਗੂ ਨਚਾ ਕੇ ਲੈ ਜਾਨੀ ਹੋ ਐਵੇਂ ਬਸ ਪੈਰ ਦੀ ਚਪਲੀ ਨਹੀਂ ਲੈਣ ਦਿੰਦਾ ਕੀ ਆਪਦਾ ਕੰਮ ਕਰ ਲੋ ਬੀਬੀ ਸਾਰ ਦਿਨ ਨਾ ਲੜਿਆ ਕਰ ਚੱਲ ਇਹਦੇ ਦਿਨ ਨੇਗੇ ਹੱਸ ਖੇਡ ਲੈਂਦੇ ਮੇਰੀ ਗੱਲ ਸੁਣ ਜਦ ਤੱਕ ਤੈਨੂੰ ਮੈਂ ਕਿਸੇ ਕੰਮ ਨੂੰ ਕਹਿੰਦੀ ਨਹੀਂ ਉਦੋਂ ਤੂੰ ਆਖੇ ਲਾ ਦੇ ਤੇ ਉਂਗਲ ਚੋਰੀ ਵਗ ਜਾਂਦੇ ਹਜੇ ਵੀ ਪੁੱਛਣ ਦੀ ਜ਼ਰੂਰਤ ਹੈ ਕੋਈ ਬਾਹਰ ਦੇਖਿਆ ਨਹੀਂ ਹੈਗਾ ਕੀ ਹੋਇਆ ਸੀ ਯਾਰ ਮਾਂ ਦੀ ਤਾਂ ਆਦਤ ਹੈ ਵੱਧ ਘੱਟ ਬੋਲਣ ਦੀ ਤੇ ਤੂੰ ਵੀ ਬਰਦਾਸ਼ਤ ਕਰ ਸਕਦੀ ਸੀ ਅੱਛਾ ਸਟਾਰਟਿੰਗ ਕਿਨੇ ਕੀਤੀ ਸੀ ਯਾਰ ਮੈਂ ਉਹਨੂੰ ਵੀ ਕੁਝ ਨਹੀਂ ਕਹਿ ਸਕਦਾ ਤੈਨੂੰ ਵੀ ਕੁਝ ਨਹੀਂ ਕਹਿ ਸਕਦਾਗਾ ਮਾਂ ਵੀ ਮੇਰੇ ਲਈ ਜ਼ਰੂਰੀ ਹੈ ਤੇ ਉਨੀ ਜ਼ਰੂਰੀ ਮੇਰੇ ਵਾਸਤੇ ਤੂੰ ਹੈ ਸਾਈਡ ਤੁਸੀਂ ਹਮੇਸ਼ਾ ਉਹਨਾਂ ਦੀ ਲੈਣੀ ਹੁੰਦੀ ਆ ਪਤਾ ਮੈਨੂੰ ਯਾਰ ਵਿਚਾਲੇ ਤਾਂ ਮੈਂ ਫਸ ਗਿਆ ਨਾ ਚੱਲ ਕੋਈ ਨਹੀਂ ਤੂੰ ਆਪਣਾ ਗੁੱਸਾ ਛੱਡ ਤੇ ਚੇਂਜ ਕਰ ਕੱਲ ਵੀ ਬੇਟਾ ਗਏ ਸੀ ਅੱਜ ਫੇਰ ਗਏ ਨੇ ਹੁਣ ਆਏ ਪਤਾ ਨਹੀਂ ਮੈਨੂੰ ਕੀ ਕੰਮ ਕਰ ਜਾਂਦੇ ਨੇ ਰੋਜ਼ ਅੱਜ ਵੀ ਸਵੇਰੇ ਅੱਛਾ ਠੀਕ ਹੈ ਕਿਵੇਂ ਕੋਈ ਵਿਆਹ ਪੁੱਤਾ ਨਹੀਂ ਹਾਂ ਹਾਂ ਪੁੱਤ ਠੀਕ ਹੈ ਕਿਸੇ ਨੇ ਕਿਹਾ ਹੁਣ ਖਾਣ ਪੀਣ ਨੇ ਤੁਹਾਡੀ ਉਮਰ ਹੈ ਟਾਈਮ ਹੈ ਹੁਣ ਖਾਣ ਪੀਣ ਦਾ ਘਰੀ ਜਾਣ ਦੇ ਸੱਸ ਨੂੰ ਗੁੜਬੁੜ ਤੈਂ ਸੱਸ ਤੋਂ ਕੀ ਲੈਣਾ ਉਹਦੀ ਨਾ ਪਰਵਾਹ ਕਰਿਆ ਕਰ ਨਾ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਜਿਹੜਾ ਤੇਰਾ ਜਿੱਤ ਕਰਦਾ ਖਾ ਪਹਿਣ ਮੋਜ ਨਾਲ ਹੁਣ ਦਿਨ ਨੇ ਖਾਣ ਪੈਣ ਦੇ ਹਾਂ ਹਾਂ ਚੰਗਾ ਬੇਟੇ ਲੈ ਮੈਂ ਮੱਚ ਮੈਂ ਇਹਨੂੰ ਵਿਚਾਰੀ ਆਪਣੀ ਨੂੰਹ ਨੂੰ ਹੀ ਬੁੜਬੁੜ ਕਰਦੀ ਰਹਿੰਦੀ ਹਾਂ ਸਾਰਾ ਦਿਨ ਹੈ ਇਹਦੇ ਵੀ ਤਾਂ ਖਾਣ ਪੈਣ ਦੇ ਦਿਨ ਨੇ ਇਹ ਵੀ ਤਾਂ ਕਿਸੇ ਦਿੱਤੀ ਹੈ ਮਨਾ ਇਹ ਕਦੇ ਸੋਚਿਆ ਹੀ ਚੱਲ ਜਦੋਂ ਅੱਜ ਆਊਗੀ ਮੈਂ ਕੁਛ ਵੀ ਨਹੀਂ ਬੋਲਦੀ ਲੈ ਆਉਂਦੇ ਜਿਹੜਾ ਕੁਛ ਲੈ ਕੇ ਨਾ ਹੁਣ ਕਿਉਂ ਰੋਈ ਜਾਂਦੀ ਹੈਗੀ ਚੱਲ ਹੁਣ ਚੁੱਪ ਕਰ ਜਾ ਕੋਈ ਨਹੀਂ ਰੱਬ ਭਲੀ ਕਰੂਗਾ ਰੱਬ ਸਭ ਕੁਛ ਸਹੀ ਕਰੂਗਾ ਤੇ ਹੌਸਲਾ ਰੱਖ ਮੈਂ ਕਰਦਾ ਕੁਛ ਚੁੱਪ ਕਰਕੇ ਰਹਿ ਬੀਬੀ ਅਸੀਂ ਹਸਪਤਾਲ ਚ ਗਏ ਸੀ ਅੱਜ ਡਾਕਟਰ ਨਹੀਂ ਮਿਲਿਆ ਤੋ ਡਾਕਟਰ ਕੋਲ ਕੀ ਕੰਮ ਸੀ ਬੀਬੀ ਮੈਂ ਇਹਦਾ ਟੈਸਟ ਕਰਾਉਣਾ ਸੀ ਦੇਖਣਾ ਸੀ ਮੁੰਡਾ ਜਾਂ ਕੁੜੀ ਹੈ ਤੇ ਜੇ ਕੁੜੀ ਹੋਈ ਨਾ ਬੀਬੀ ਮੈਂ ਕੁੜੀ ਨਹੀਂ ਰੱਖਣੀ ਉਹ ਤਾਂ ਆਪਾਂ ਨੂੰ ਕੁੜੀ ਤੇ ਮੁੰਡੇ 'ਚ ਕੀ ਫਰਕ ਲੱਗਦਾ ਬੀਬੀ ਆ ਪਰਸੋਂ ਚੌਥੇ ਨਾ ਰੇਪ ਹੋ ਕੇ ਹਟਿਆ ਗਿਆ ਠੀਕ ਹੈ 10 ਸਾਲ ਦੀ ਕੁੜੀ ਨਾਲ ਬਲਾਤਕਾਰ ਹੋ ਗਿਆ ਤੇ ਮੈਂ ਨਹੀਂ ਚਾਹੁੰਦਾ ਵੀ ਮੇਰੀ ਕੁੜੀ ਨਾਲ ਵੀ ਕੁਛ ਐਵੇਂ ਹੋਵੇ ਮੈਂ ਤਾਂ ਜਿਉਂਦੇ ਜੀ ਮਰ ਜੂੰਗਾ ਇਸ ਤੋਂ ਚੰਗਾ ਤਾਂ ਬੀਬੀ ਮੈਂ ਸਫਾਈ ਕਰਵਾ ਦਾਂ ਜੀ
बीबे अजकल नशेड़ी मुंडे जां वेलर ने जां ऐशी पट्ठे ने जिहड़े इह रेप करदे ने। बेटे मेरी गल सुन, आपां सफाई कुड़ी दी नहीं आपां मुंडे दी करावांगे। क्यों बीबी? मेरी गल सुन। क्योंकि गलती तां मुंडे दी है, कुड़ी नूं सजा क्यों मिले? गलतियां तां मुंडे करदे ने, इहदे च कुड़ी दा की कसूर? कुड़ी नूं कोई सजा मिले? नाले जे हुण अपने मुंडा हो भी गया, की पता अपना मुंडा कल नूं की कुछ करूगा, है? सही गल। अपना मुंडा भी गलती कर सकदा? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਕੈਮਜ਼ੋ ਮੀਡੀਆ। ਸੋ ਸਾਡੀਆਂ ਵੀਡੀਓ ਨੂੰ ਤੁਸੀਂ ਖਾਸਾ ਸਾਰਾ ਪਿਆਰ ਦਿੰਦੇ ਹੋ, ਅਤੇ ਜਿਹੜੀ ਆਹ ਵੀਡੀਓ ਸੀ ਇਹ 'ਚ ਇੱਕ ਮੈਸੇਜ ਸੀਗਾ ਲੜਕੀਆਂ ਲਈ, ਜੋ ਆਪਣੇ ਸਮਾਜ ਦੇ ਵਿੱਚ ਹੋ ਰਿਹਾ ਉਹਦੇ 'ਤੇ ਆ। ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ, ਸਮਾਜ ਨੂੰ ਦੋਸ਼ ਦਿੰਦੇ ਹਾਂ, ਉਹਦੇ ਨਾਲੋਂ ਚੰਗਾ ਆਪਾਂ ਕਿਸੇ ਨੂੰ ਦੋਸ਼ ਦੇਣ ਲਈ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਚੰਗੇ ਸੰਸਕਾਰ ਦੇਈਏ, ਚੰਗਾ ਉਹ ਕਰੀਏ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐਪਰੀਸ਼ੀਏਟ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ। ਥੈਂਕ ਯੂ ਸੋ ਮਚ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ। ਥੈਂਕ ਯੂ। ਥੈਂਕ ਯੂ ਸਾਰਿਆਂ ਦਾ।